सत्याकाल जी, स्वागत करते हाँ और बहुत बहुत तुहाडा जी आया नू आखदे हाँ तुहाडा अपना मन पौंदा प्रोग्राम जिसका नाम है खरियां खोटियां। मैं हाँ कमलप्रीत कौर, ते मैं हाँ जी तुहाडा अपना चरणजीत जोगी। कमलप्रीत जी बहुत हिम्मत वाली गल है। बंदा जिदा मर्जी जेडे मर्जी हालातां दे विचों दी गुजरदा होवे जदों कोई ਉਹਨੂੰ ਹਾਲ ਚਾਲ ਪੁੱਛਦਾ ਤਾਂ ਉਹ ਕਹਿੰਦਾ ਵੀ ਸਭ ਸੁੱਖ ਸਾਂਦ ਆ, ਸਭ ਚੰਗਾ, ਭਾਵੇਂ ਜਿਹੋ ਜਿਹੇ ਹਾਲਾਤ ਮਰਜ਼ੀ ਹੋਣ। ਹਾਂ ਬਿਲਕੁਲ। ਔਰ ਜਦੋਂ ਨਾ ਕਹਿੰਦੇ ਆ ਕਿ ਬਾਕੀ ਸਭ ਸੁੱਖ ਸਾਂਦ ਹੈ, ਇੱਕ ਜਿਹੜੀ ਗੱਲ ਅਸੀਂ ਕਹਿੰਦੇ ਆ ਸਾਡੀ ਟੋਨ ਜਿਹੜੀ ਹੁੰਦੀ ਆ ਉਹਦੇ ਵਿੱਚ ਵੀ ਇੱਕ ਦਰਦ ਛੁਪਿਆ ਹੁੰਦਾ ਜਦੋਂ ਅਸੀਂ ਬਹੁਤ ਅੰਦਰੋਂ ਦੁਖੀ ਹੁੰਦੇ ਆ ਨਾ, ਤੇ ਸਮਝਣ ਵਾਲਾ ਵੀ ਸਮਝ ਜਾਂਦਾ ਫਿਰ ਪੁੱਛਦਾ ਹੈ ਕਿ ਹਾਂ ਵੀ ਕੀ ਗੱਲ ਹੋਈ ਕਿ ਸਭ ਸੁੱਖ ਸਾਂਦ ਹੈ, ਤੂੰ ਦੇਖਿਆ ਤੇਰੇ ਮਨ ਦੇ ਵਿੱਚ ਕੋਈ ਬਲਬਲਾ ਹੈ ਤਾਂ ਤੂੰ ਮੇਰੇ ਨਾਲ ਕੱਢ ਕੇ ਸਾਂਝਾ ਕਰ ਲਾ, ਹੈ ਨਾ। ਬਿਲਕੁਲ। ਤੇ ਕਈ ਵਾਰ ਹੁੰਦਾ ਹੈ ਕਿ ਬਸ ਕੋਈ ਬਸ ਇਹੀ ਸੁਣ ਕੇ ਤੇ ਚੱਲ ਚੱਲਦਾ ਹੈ ਬਣਦਾ ਹੈ ਨਾ ਕਿ ਉਹਨੂੰ ਕੋਈ ਲੈਣ ਦੇਣਾ ਨਹੀਂ, ਪਰ ਮੈਂ ਕਹਿੰਦੀ ਹੁੰਦੀ ਹਾਂ ਕਿ ਆਪਣੇ ਹੁੰਦੇ ਆ ਜਿਹੜੇ ਕਿ ਸਾਨੂੰ ਸਾਡੀ ਚੁੱਪ ਦੇ ਪਿੱਛੇ ਵੀ ਸਾਡੀ ਜਿਹੜੇ ਹੈਗੇ ਆ ਤੂਫਾਨ ਨੂੰ ਸਮਝ ਲੈਂਦੇ ਆ, ਤੇ ਜੇ ਅਸੀਂ ਕਹਿ ਦਈਏ ਕਿ ਅਸੀਂ ਸੁੱਖ ਸਾਂਦ ਆ ਤੇ ਉਹ ਪਿੱਛੇ ਦਰਦ ਨੂੰ ਵੀ ਛੁਪਿਆ ਸਮਝ ਲੈਂਦੇ ਆ। ਬਿਲਕੁਲ ਜੀ। ਕਹਿੰਦੇ ਨੇ ਕਿ ਦੁੱਖਾਂ ਨੂੰ ਬਣਾ ਕੇ ਆਪਣਾ ਹੁਣ ਹੌਂਕਿਆਂ ਤੋਂ ਡਰਦਾ ਏ, ਵਿਹੜੇ 'ਚ ਲਵਾ ਕੇ ਕਿੱਕਰਾਂ ਹੁਣ ਕੰਢਿਆਂ ਤੋਂ ਡਰਦਾ ਏ। ਇਨਸਾਨੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਜਿਹੜੀਆਂ ਨਾਲ ਨਾਲ ਚੱਲਦੇ ਰਹਿੰਦੇ ਨੇ। ਕਹਿੰਦੇ ਨੇ ਕਿ ਧੁੱਪ ਵੀ ਹੈ ਜ਼ਿੰਦਗੀ, ਜਿਹੜੀ ਕਿ ਛਾਂ ਵੀ ਹੈ ਜ਼ਿੰਦਗੀ, ਸੁੱਖ ਵੀ ਹੈ ਜ਼ਿੰਦਗੀ, ਦੁੱਖ ਵੀ ਹੈ ਜ਼ਿੰਦਗੀ, ਬੁੱਲੀਆਂ ਦਾ ਹਾਸਾ ਤੇ ਅੱਖੀਆਂ ਦਾ ਪਾਣੀ ਏ, ਜ਼ਿੰਦਗੀ ਦੀ ਯਾਰਾ ਬਸ ਇਹੀ ਕਹਾਣੀ ਏ। ਜ਼ਿੰਦਗੀ ਦੇ ਵਿੱਚ ਹਾਸੇ ਵੀ ਨੇ, ਜ਼ਿੰਦਗੀ ਦੇ ਵਿੱਚ ਹੰਝੂ ਵੀ ਨੇ, ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਨੇ, ਜ਼ਿੰਦਗੀ ਦੇ ਵਿੱਚ ਗਮੀਆਂ ਵੀ ਨੇ, ਪਰ ਅਸੀਂ ਇੰਨੇ ਤੰਗ ਕਿਉਂ ਹੋ ਗਏ ਹਾਂ, ਅਸੀਂ ਖੁਸ਼ੀਆਂ ਲੱਭਣੀਆਂ ਕਿਉਂ ਛੱਡ ਦਿੱਤੀਆਂ। ਮੈਨੂੰ ਲੱਗਦਾ ਹੈ ਕਿ ਜਦੋਂ ਖੁਸ਼ੀਆਂ ਦੀ ਅਸੀਂ ਗੱਲ ਕਰਦੇ ਹਾਂ ਨਾ, ਖੁਸ਼ੀ ਇੱਕ ਉਹ ਜਿਹੜਾ ਸ਼ਬਦ ਹੈ ਨਾ, ਸਾਨੂੰ ਲੱਗਦਾ ਕਿ ਇਹਦੇ ਵਿੱਚ ਬੜੇ ਹੀ ਗਹਿਰੇ ਰਾਜ਼ ਛੁਪੇ ਹੋਏ ਨੇ ਨਾ। ਸਾਨੂੰ ਲੱਗਦਾ ਸਾਡੀ ਖੁਸ਼ੀ ਸਾਡੇ ਆਪਣਿਆਂ ਦੇ ਨਾਲ ਹੈ, ਸਾਨੂੰ ਲੱਗਦਾ ਸਾਡੀ ਖੁਸ਼ੀ ਜਿਹੜੀ ਹੈਗੀ ਅਸੀਂ ਜੋ ਕੰਮ ਕਰਦੇ ਹਾਂ ਉਹਦੇ ਵਿੱਚ ਹੈ, ਜਾਂ ਸਾਨੂੰ ਲੱਗਦਾ ਕਿ ਸਾਡੀ ਖੁਸ਼ੀ ਜਦੋਂ ਅਸੀਂ ਮਨ ਪਾਉਂਦਾ ਖਾਂਦੇ ਹਾਂ, ਮਨ ਪਾਉਂਦਾ ਪਹਿਨਦੇ ਹਾਂ, ਸਾਡੀ ਉਹਦੇ ਵਿੱਚ ਖੁਸ਼ੀ ਹੈ। ਔਰ ਖੁਸ਼ੀ ਇਹ ਵੀ ਹੁੰਦੀ ਹੈ ਕਿ ਜਦੋਂ ਅਸੀਂ ਦਰਸ਼ਕਾਂ ਦੇ ਰੂਬਰੂ ਹੁੰਦੇ ਹਾਂ, ਇਹ ਵੀ ਸਾਡੀ ਖੁਸ਼ੀ ਹੁੰਦੀ ਹੈ। ਪਰ ਅੱਜ ਕੱਲ੍ਹ ਮਾਇਨੇ ਬਦਲ ਨਹੀਂ ਗਏ ਖੁਸ਼ੀ ਦੇ। ਬਿਲਕੁਲ ਜੀ, ਬਦਲ ਗਏ ਮਾਇਨੇ। ਔਰ ਤੁਹਾਨੂੰ ਮੈਂ ਇੱਕ ਵਿਗਿਆਨਕ ਗੱਲ ਦੱਸ ਦਵਾਂ। ਹਾਂ, ਇੱਕ ਛੋਟਾ ਜਿਹਾ ਬੱਚਾ ਜਿਹੜਾ ਕਿ ਉਹ ਨਵਾਂ ਜੰਮਿਆ, ਬੱਚਾ ਹਲੇ ਕੁਝ ਕੁ ਮਹੀਨਿਆਂ ਦਾ ਆ, ਉਹ ਮੰਜੇ ਤੇ ਪਿਆ, ਅਸੀਂ ਉਹਨੂੰ ਛੇੜਦੇ ਹਾਂ, ਅਸੀਂ ਉਹਨੂੰ ਹਸਾਉਂਦੇ ਹਾਂ, ਅਸੀਂ ਉਹਨੂੰ ਅਮੀਰ ਜੂਨੂ ਮੂਜੂ ਅਮੀਰ ਗੁਗਲੂ ਗੁਗਲੂ ਇਹਦਾ ਕਰਦੇ ਆ ਨਾ, ਕਰਦੇ ਆ ਬਿਲਕੁਲ। ਉਹ ਬੱਚਾ ਹੱਸਦਾ, ਮਤ ਸੋਚੋ ਕਿ ਉਹ ਤੁਹਾਡੇ ਹਸਾਉਣ ਤੇ ਖੁਸ਼ ਹੁੰਦਾ, ਮਤ ਸੋਚੋ। ਵਿਗਿਆਨ ਇਹ ਕਹਿੰਦਾ ਕਿ ਉਹ ਤੁਹਾਡੇ ਹਸਾਉਣ ਤੇ ਖੁਸ਼ ਨਹੀਂ ਹੁੰਦਾ, ਉਹ ਬੱਚਾ ਸਿਰਫ ਇਸ ਕਰਕੇ ਖੁਸ਼ ਹੁੰਦਾ ਕਿਉਂਕਿ ਤੁਸੀਂ ਹੱਸ ਰਹੇ ਹੋ। ਦੇਖੋ ਕਿੱਡੀ ਵੱਡੀ ਇੱਕ ਸਾਨੂੰ ਕੁਦਰਤ ਨੇ ਇਹ ਸੱਚਾਈ ਦਿੱਤੀ ਹੈ, ਜੇਕਰ ਸਾਡੇ ਹੱਸਣ ਦੇ ਨਾਲ, ਜੇਕਰ ਸਾਡੇ ਕੁਝ ਕਰਨ ਦੇ ਨਾਲ ਆ ਦੁਨੀਆ ਜਿਹੜੀ ਹੈ ਇਹ ਖੁਸ਼ ਹੁੰਦੀ ਆ, ਤਾਂ ਕਿਉਂ ਨਾ ਆਪਾਂ ਉਹੋ ਜਿਹਾ ਕੰਮ ਕਰੀਏ ਕਿ ਆਪਾਂ ਵੀ ਉਹੋ ਜਿਹੇ ਹਾਸੇ ਵੰਡੀਏ ਕਿ ਇਹਨਾਂ ਦੇ ਚਿਹਰਿਆਂ ਦੇ ਉੱਪਰ ਵੀ ਹਾਸੇ ਆ ਜਾਣ, ਬਿਲਕੁਲ, ਇਹਨਾਂ ਨੂੰ ਵੀ ਖੁਸ਼ੀਆਂ ਮਿਲ ਜਾਣ। ਹੋਇਆ ਇਸ ਤਰ੍ਹਾਂ ਕਿ ਇੱਕ ਵਾਰੀ ਮੈਂ ਬੱਸ ਦੇ ਵਿੱਚ ਚੜਿਆ, ਅੱਛਾ, ਤੇ ਘਰ ਦੇ ਕਹਿੰਦੇ ਸੀ ਆਉਂਦਾ ਹੋਇਆ ਸਬਜ਼ੀ ਲਿਆ, ਮੈਂ ਟੀਂਡੇ ਲੈ ਲੈ, ਅੱਛਾ, ਵੀ ਘਰ ਜਾ ਕੇ ਟੀਂਡੇ ਭਰ ਕੇ ਬਣਾਵਾਂਗੇ, ਬੜੇ ਸਵਾਦ ਬਣਦੇ ਆ। ਕਈ ਬੀਬੀਆਂ ਦੇ ਮੇਰੇ ਤਾਂ ਕੀ ਹੋਣਾ, ਕਈਆਂ ਦੇ ਸੁਣ ਕੇ ਆ ਗਿਆ ਵੀ ਜਿਹੜੇ ਭਰ ਕੇ ਰਸਮੇ ਜਿਹੇ ਟੀਂਡੇ ਬਣਾਏ ਹੁੰਦੇ ਆ, ਬੜੇ ਮਜ਼ੇਦਾਰ ਹੁੰਦੇ ਆ। ਮੈਂ ਟੀਂਡੇ ਲੈ ਜੀ, ਲਿਫਾਫਾ ਚੱਕਿਆ, ਠੀਕ ਹੈ ਜੀ, ਤੇ ਚੱਕ ਕੇ ਮੈਂ ਬੱਸ ਦੇ ਵਿੱਚ ਚੜ ਗਿਆ। ਥੋੜੀ ਦੂਰ ਅੱਗੇ ਗਿਆ, ਐਡਾ ਕਿ ਇੱਕ ਝੋਲਾ ਜਿਹਾ ਰੱਖ ਗਿਆ ਇੱਕ ਬੀਬੀ ਬੈਠੀ, ਤੇ ਮੈਂ ਕਿਹਾ ਜੀ ਮੈਨੂੰ ਇੱਥੇ ਨਾਲ ਸੀਟ ਤੇ ਬਿਠਾ ਲਓ। ਔਖੀ ਜਿਹੀ ਹੋ ਕੇ ਸਾਈਡ ਨੂੰ ਹੋ ਗਈ, ਬੋਰੀ ਜੀ ਉਹਦੀ ਉੱਥੇ ਪਈ ਰਹੀ, ਨਾਲੇ ਸੜੀ ਸੜੀ ਮੂੰਹ ਨਾਲ ਇਸ਼ਾਰੇ ਕਰਦੀ ਹੋਈ ਆ, ਕਿੱਥੋਂ ਆ ਗਿਆ, ਕਿੱਥੋਂ ਆ ਗਿਆ ਵੀ, ਮੈਂ ਤਾਂ ਬੜੀ ਪੱਸਰ ਕੇ ਇਕੱਲੀ ਸੀਟ ਤੇ ਬੈਠੀ ਸੀ। ਹਾਂ ਸਹੀ ਗੱਲ। ਮੈਂ ਬਹਿ ਗਿਆ ਤੇ ਮੈਂ ਆਪਣੇ ਟੀਂਡੇ ਉਹਨਾਂ ਭਾਂਡਿਆਂ ਦੇ ਉੱਪਰ ਹੀ ਰੱਖ ਦਿੱਤੇ। ਅੱਛਾ। ਹਾਂਜੀ, ਕੰਡਕਟਰ ਆਇਆ, ਟਿਕਟ ਲਓ ਟਿਕਟ ਲਓ ਟਿਕਟ ਲਓ ਟਿਕਟ ਲਓ, ਮੂਹਰੇ ਆਣ ਕੇ ਦੇਖਿਆ ਕਿ ਉਹ ਬੋਰੀ ਜੀ ਭਾਂਡੇ ਵਾਲੀ ਪਈ, ਉਹ ਉਹਨੇ ਲੱਤ ਮਾਰੀ, ਕਹਿੰਦਾ ਭਾਂਡੇ ਟੀਂਡੇ ਕਿਹਦੇ ਆ, ਮੈਂ ਕਿਹਾ ਜੀ ਟੀਂਡੇ ਤਾਂ ਮੇਰੇ ਹੀ ਆ, ਭਾਂਡੇ ਵੀ ਮੇਰੇ। ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਅਸੀਂ ਹਾਸੇ ਤਲਾਸ਼ਦੇ ਨਹੀਂ, ਸਾਡੇ ਘਰਾਂ ਦੇ ਵਿੱਚ ਹਾਸੇ ਪਏ ਆ, ਸਾਡੀਆਂ ਗੱਲਾਂ ਦੇ ਵਿੱਚ ਹਾਸੇ ਪਏ ਆ, ਸਾਡੀ ਆਮ ਰੁਟੀਨ ਦੀ ਜ਼ਿੰਦਗੀ ਦੇ ਵਿੱਚ ਹਾਸੇ ਪਏ ਆ, ਸਾਡੇ ਕੰਮ ਕਾਰ ਵਾਲੀ ਥਾਂ ਦੇ ਉੱਪਰ ਜਿੱਥੇ ਅਸੀਂ ਜੌਬ ਤੇ ਜਾਂਦੇ ਹਾਂ ਉੱਥੇ ਹਾਸਾ ਪਿਆ। ਤੁਸੀਂ ਵੀ ਖੁਸ਼ੀਆਂ ਦੇ ਅੰਗ ਸੰਗ ਰਹੋ, ਖੁਸ਼ ਰਹੋ, ਖੁਸ਼ੀ ਖੁਸ਼ੀ ਵੰਡੀਏ, ਖੁਸ਼ਹਾਲੀ ਬਣ ਜਾਂਦੀ ਹੈ, ਦੀਵਾ ਦੀਵਾ ਵਾਲੀ ਹੈ, ਦੀਵਾਲੀ ਬਣ ਜਾਂਦੀ ਹੈ, ਦੀਵਾਲੀ ਵੀ ਆਉਣ ਵਾਲੀ ਹੈ, ਸਫਾਈਆਂ ਸਫੂਈਆਂ ਆਪਣੀਆਂ ਘਰ ਦੀਆਂ ਕਰੋ, ਹਾਂਜੀ ਕੁੜੀਆਂ ਨੂੰ ਮਤ।
बस इसे तरह ही हंसते रहो, बसते रहो, खुश रहो, आबाद रहो, जिंदाबाद रहो। दियो इजाजत चरणजीत जोगी नू, कमलप्रीत कौर नू शुक्रिया। For more updates, download Punjab 1TV app free on Roku, Tikri TV, Google Play Store, iOS. Like, follow and share our Facebook page. YouTube channel bhi subscribe kar sakde ho.